प्यारे दोस्तों जिहड़ियां असीं गल्लां बातां दा सिलसिला शुरू कीता उह सिलसिला लगातार चल रहा है। अज असीं नरिंदरपाल सिंह नीना जो कि एक बहुत वड्डे महान कलाकार है उन्हां दे घर आए सी ते उन्हां दे वाइफ दी इंटरव्यू कीती जिहड़े एक्ट्रेस है सुखबीर पाल कौर जी ते इत्थे एक प्यारी जी कुड़ी बैठी सी डाइनिंग ते मैं पुछया इह कौण है ते उह सुखबीर पाल कौर जी नूं मासी जी कह के बुला रही सी। लेकिन इसी कहानी दे विचों एक होर छोटी जी कहानी निकली जो असी तुहाडे नाल सांझी करांगे। पहला उस कुड़ी नाल गलबात करदे आ, स्टार्ट करदे आ, तवारफ करवाने आ उहनां दा नाम है रुपिंदर कौर ते जिहड़ा तीसरा अक्षर है पिछे लगदा है उह उहनां तों ही जाणांगे। खुशी हुई ना देखो एक मुस्लिम कुड़ी ने अपने नाम दे नाल कौर लगा लिया इहदे पिछे की कारण है दसो। सर एक्चुअली मेरे मदर दा नाम भी जसवंत कौर है जी ते मेरे नाना जी दा नाम भी रचन सिंह है उन्होंने केस रखे ने जी ते मेरे मम्मा दी ख्वाहिश सीगी कि मेरा नाम भी उन्होंने आप ही रखना है जी ते नाम मेरे मम्मा ने दिता सी मैनू रुपिंदर कौर ते उन्होंने अज तक कदे ये नहीं किया कि मुस्लिम है गुरुद्वारा साहब नहीं जाना जी। मैं गुरुद्वारा साहब भी जानी है जी, मत्था भी टेकदी है जी ते अपने मुस्लिम ਨੂੰ ਵੀ ਅਪਣਾਉਣੀ ਹੈ ਕਿ ਰੋਜ਼ੇ ਵਗੈਰਾ ਵੀ ਅਸੀਂ ਰੱਖਦੇ ਹਾਂ ਜੀ ਪ੍ਰੋਪਰ ਜੀ ਜੀ ਤੇ ਮੇਰੇ ਮੰਮਾ ਪਹਿਲਾਂ ਜੀ ਪਾਠ ਕਰਦੇ ਸੀ ਮੈਰਿਜ ਤੋਂ ਪਹਿਲਾਂ ਜੀ। ਅੱਛਾ ਹਾਂਜੀ ਉਹ ਸਿੱਖ ਧਰਮ ਨਾਲ ਹੈ ਜਾਂ ਉਹ ਵੀ ਮੁਸਲਿਮ? ਨਹੀਂ ਹੈਗੇ ਮੁਸਲਿਮ ਨੇ ਜੀ ਬਟ ਪਾਠ ਸੀਗਾ। ਹਾਂਜੀ ਉਹਨਾਂ ਦਾ ਪਾਠ ਸੀ, ਮੇਰੇ ਨਾਨਾ ਜੀ ਅੱਜ ਵੀ ਪਾਠ ਸੁਣਦੇ ਨੇ ਜੀ। ਅੱਛਾ ਤੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਕਿ ਹਾਂਜੀ ਤੁਸੀਂ ਮੁਸਲਿਮ ਧਰਮ ਨੂੰ ਅਪਣਾਉਣਾ ਨਹੀਂ ਜੀ। ਹੈ ਉਹ ਵੀ ਮੁਸਲਿਮ ਨੇ ਜੀ ਜੀ ਬਟ ਉਹਨਾਂ ਨੂੰ ਪਾਲਿਆ ਇੱਕ ਬਜ਼ੁਰਗ ਬੀਬੀ ਸੀਗੇ ਜਿਹੜੇ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ। ਹਾਂਜੀ ਫਿਰ ਉਹਨਾਂ ਨੇ ਜੀ ਉਹਨਾਂ ਨੂੰ ਜਦੋਂ ਪਾਲਿਆ ਉਦੋਂ ਤੋਂ ਮੇਰੇ ਨਾਨਾ ਜੀ ਨੇ ਆਪਣਾ ਨਹੀਂ ਛੱਡਿਆ, ਕੇਸ ਅੱਜ ਤੱਕ ਨਹੀਂ ਕਟਵਾਏ ਉਹਨਾਂ ਕਰਕੇ ਜੀ। ਦਾੜੀ ਤੇ ਕੇਸ ਦੋ? ਹਾਂਜੀ ਦਾੜੀ ਤੇ ਕੇਸ ਮੇਰੇ ਨਾਨਾ ਜੀ ਨੇ ਅੱਜ ਵੀ ਰੱਖੇ ਨੇ ਤੇ ਮੇਰੇ ਮੰਮਾ ਨੂੰ ਪਾਠ ਚਲਾਇਆ, ਮੰਮਾ ਪਾਠ ਕਰਦੇ ਸੀ ਮੈਰਿਜ ਤੋਂ ਪਹਿਲਾਂ, ਆਫਟਰ ਮੈਰਿਜ ਉਹਨਾਂ ਨੂੰ ਕੋਈ ਫੋਰਸਫੁਲੀ ਨਹੀਂ ਬੋਲਿਆ ਜੀ ਤੇ ਉਹਨਾਂ ਨੂੰ ਇਹ ਸੀਗਾ ਮੰਮਾ ਨੂੰ ਮੇਰੇ ਧਰਮ ਨੂੰ ਲੈ ਕੇ ਥੋੜ੍ਹਾ ਕਿ ਕੋਈ ਵੀ ਧਰਮ ਹੈ ਜੀ ਮੈਂ ਉਹਨੂੰ ਸਿੱਖਣਾ ਹੈ ਜੀ ਜੀ। ਤੇ ਜਿਸ ਤਰ੍ਹਾਂ ਕਿ ਦੇਖੋ ਮੈਂ ਕਿੰਨਾ ਨਾ ਸ਼ੁਕਰਾਂ, ਕਿੰਨਾ ਮਾੜਾ ਇਨਸਾਨ ਮੈਂ ਆਪਣੇ ਆਪ ਨੂੰ ਖੁਦ ਨੂੰ ਮੰਨਦਾ ਕਿ ਇੱਕ ਜੱਟ ਫੈਮਿਲੀ ਦੇ ਵਿੱਚ ਪੈਦਾ ਹੋ ਕੇ ਆਹ ਦੇਖੋ ਕੇਸ ਕਤਲ ਕੀਤੇ ਹੋਏ ਹੈ ਨਾ, ਅਤੇ ਕਿੰਨੇ ਭਾਗਾਂ ਵਾਲੇ ਨੇ ਉਹ ਪੇਰੈਂਟਸ ਉਹਨਾਂ ਦੀ ਇਹ ਨਾਯਾਬ ਹੀਰਾ ਕੁੜੀ। ਅਤੇ ਬਹੁਤ ਹੀ ਚੰਗਾ ਲੱਗਿਆ ਅੱਜ ਇਹ ਜਿਹੜੀ ਇੰਟਰਵਿਊ ਹੈ, ਇਹਨੂੰ ਮੈਂ ਇੰਟਰਵਿਊ ਤਾਂ ਕਹੂੰਗਾ ਹੀ ਨਹੀਂ ਕਿਉਂਕਿ ਇਹ ਤਾਂ ਲੋਕਾਂ ਲਈ ਇੱਕ ਮੋਟੀਵੇਸ਼ਨਲ ਇਹਨਾਂ ਵੱਲੋਂ ਇੱਕ ਗੱਲਬਾਤ ਹੈ। ਸਹੀ ਕਹਿ ਰਹੇ ਜੀ? ਹਾਂਜੀ ਸਰ। ਜਿਸ ਤਰ੍ਹਾਂ ਕਿ ਮੈਨੂੰ ਤੁਸੀਂ ਜਦੋਂ ਸੁਖਬੀਰਪਾਲ ਕੌਰ ਜੀ ਨੂੰ ਮਾਸੀ ਜੀ ਕਹਿ ਰਹੇ ਸੀ, ਜਦੋਂ ਨਰਿੰਦਰਪਾਲ ਸਿੰਘ ਨੇਨਾ ਆਏ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਮਿਲੇ ਉਹ ਜਿਹੜੀ ਭਾਵਨਾ ਹੈ ਉਹ ਇੰਨਾ ਪਿਆਰ ਕਦੋਂ ਤੋਂ ਪਿਆ ਅਤੇ ਇੰਨਾ ਪਿਆਰ ਤੁਹਾਡੇ ਮਨ ਦੇ ਵਿੱਚ ਸੱਚੇ ਦਿਲੋਂ ਹੈ, ਰੂਹਾਨੀ ਹੈ? ਹਾਂਜੀ ਸਰ ਐਕਚੁਅਲੀ ਮੈਂ ਸਭ ਤੋਂ ਪਹਿਲਾਂ ਇਹ ਹੋਇਆ ਸੀ ਮੈਂ ਆਪਣੀ ਸਟੱਡੀ ਦੇ ਨਾਲ ਨਾਲ ਜੀ ਕਿਸੇ ਦੇ ਥਰੂ ਮਾਸੀ ਜੀ ਨੂੰ ਮਿਲੀ, ਉਹਨਾਂ ਨੂੰ ਮਿਲੀ ਸੀ ਮੈਂ ਗਿੱਧੇ ਦੇ ਥਰੂ ਜੀ ਕਿਉਂਕਿ ਗਿੱਧੇ 'ਚ ਬਹੁਤ ਅੱਛੇ ਨੇ ਮੈਮ, ਉਹਨਾਂ ਨੇ ਮੈਨੂੰ ਸਿਖਾਇਆ ਵੀ ਬਹੁਤ ਕੁਝ ਜੀ। ਉਹ ਤੋਂ ਬਾਅਦ ਮਾਸੀ ਜੀ ਨੇ ਕੀ ਕੀਤਾ ਜੀ, ਇੱਥੇ ਆਏ ਉਹ ਮੈਨੂੰ ਜਦੋਂ ਉਹਨਾਂ ਨੇ ਬੁਲਾਉਣਾ ਜੀ ਕਿ ਤੁਸੀਂ ਰੁਪਿੰਦਰ 9 ਵਜੇ ਪ੍ਰੈਕਟਿਸ ਹੈ ਬੇਟਾ ਤੂੰ ਆਏਂਗੀ, ਮੈਂ ਕਿਹਾ ਜੀ ਮੈਮ ਜਦੋਂ ਮੈਨੂੰ, ਮੈਂ ਉਹਨਾਂ ਨੂੰ ਉਦੋਂ ਮੈਮ ਕਹਿੰਦੀ ਸੀਗੀ ਜੀ, ਅਤੇ ਜਦੋਂ ਉਹਨਾਂ ਨੇ ਮੈਨੂੰ ਬੁਲਾਉਣਾ ਜੀ ਮੈਂ ਪੂਰੇ ਟਾਈਮ 'ਤੇ ਉਹਨਾਂ ਕੋਲ ਪੁੱਜ ਜਾਣਾ ਅਤੇ ਜਦੋਂ ਇੱਥੇ ਆ ਕੇ ਦੇਖਣਾ ਕੋਈ ਬੱਚਾ ਹੋਣਾ ਨਹੀਂ ਜੀ, ਸਭ ਤੋਂ ਪਹਿਲਾਂ ਆਉਣਾ ਜੀ। ਫਿਰ ਮਾਸੀ ਜੀ ਨੇ ਮੈਨੂੰ ਪਹਿਲਾਂ ਉਹਨਾਂ ਨੂੰ ਮੇਰੇ ਪਿੰਡ ਦਾ ਨਹੀਂ ਪਤਾ ਸੀ ਵੀ ਕਿੰਨੀ ਦੂਰੋਂ ਮੈਂ ਆਉਂਦੀ ਹਾਂ ਜੀ। ਕਿਹੜਾ ਪਿੰਡ ਹੈ ਤੁਹਾਡਾ ਦੱਸੋ? ਸਰ ਮੇਰਾ ਪਿੰਡ ਹੈਗਾ ਜੀ ਢੇਲਪੁਰ ਤੋਂ ਅੰਦਰ ਪੈਂਦਾ ਹੈ, ਸੌਰੀ ਜੀ ਸਨੇਟੇ ਤੋਂ ਅੰਦਰ ਇੱਕ ਢੇਲਪੁਰ ਨਾਂ ਦਾ ਪਿੰਡ ਪੈਂਦਾ ਜੀ, 5 ਕਿਲੋਮੀਟਰ ਅੱਗੇ ਜੀ। ਤੇ ਤੁਸੀਂ ਜਿਹੜਾ ਆਪਾਂ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਉਹ ਬੜਾ ਡਰਾਵਨਾ ਰਸਤਾ ਹੈ ਨਾ, ਡਰਾਵਨਾ ਰਸਤਾ ਹੈ ਨਾ? ਹਾਂਜੀ ਸਰ ਉਹ ਸੁਣਨ ਮਸਾਨ ਹੈ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਪਿੰਡਾਂ ਦਾ ਇੱਦਾਂ ਦਾ ਮਾਹੌਲ ਹੈ ਜੀ ਕਿ 7 ਵਜੇ ਤੋਂ ਬਾਅਦ ਆਵਾਜਾਈ ਨਹੀਂ ਰਹਿੰਦੀ ਜੀ, ਲੋਕ 9 ਵਜੇ ਸੌ ਜਾਂਦੇ ਆ। ਹਾਂਜੀ ਤੇ ਉਦਾਂ ਦਾ ਮਾਹੌਲ ਰਹਿੰਦਾ ਸੀ ਬਟ ਇੱਥੋਂ ਮਾਸੀ ਜੀ ਨੇ ਕਹਿਣਾ ਨਹੀਂ ਇੱਕ ਪ੍ਰੈਕਟਿਸ ਹੋਰ ਲਾਉਣੀ ਆਪਾਂ ਜੀ, ਤੇ ਮੈਂ ਕਹਿਣਾ ਕੋਈ ਗੱਲ ਨਹੀਂ ਮਾਸੀ ਜੀ ਆਪਾਂ ਕਰ ਲੈਂਦੇ ਹਾਂ, ਤੇ ਘਰੇ ਮੈਨੂੰ ਜਾ ਕੇ ਗਾਲਾਂ ਪੈਣੀਆਂ ਤੈਨੂੰ ਟਾਈਮ ਨਹੀਂ ਦਿਖਦਾ, ਦਿਨ ਨਹੀਂ ਦਿਖਦੀ, ਰਾਤ ਨਹੀਂ ਦਿਖਦੀ, ਮੈਂ ਪਹਿਲਾਂ ਕਾਲਜ ਲਾਉਣਾ ਜੀ, ਕਾਲਜ ਤੋਂ ਬਾਅਦ ਮੈਂ ਆਪਣਾ ਪਰਸਨਲ ਯੋਗਾ ਟ੍ਰੇਨਰ ਵੀ ਹੈਗੀ ਹਾਂ ਜੀ ਅਤੇ 1-2 ਕਲਾਸ ਮੈਂ ਪਰਸਨਲ ਯੋਗਾ ਕਰਵਾਉਣ ਜਾਣਾ, ਦੈਨ ਜਦੋਂ ਮਾਸੀ ਜੀ ਨੇ ਬੁਲਾਉਣਾ ਇੱਥੇ ਪਹੁੰਚਣਾ ਹੀ ਪਹੁੰਚਣਾ ਜੀ, ਭਾਵੇਂ ਉੱਧਰੋਂ ਮੈਂ ਜਿੰਨਾ ਮਰਜ਼ੀ ਉਹ ਕਰਕੇ ਆਵਾਂ ਜੀ। ਫਿਰ ਉਹ ਤੋਂ ਬਾਅਦ ਮਾਸੀ ਜੀ ਨੇ ਮੇਰਾ ਜਦੋਂ ਪਿੰਡ ਦੇਖਿਆ ਜੀ ਇਹਨਾਂ ਨੇ, ਉੱਥੋਂ ਜਾ ਕੇ ਮੇਰੇ ਪਿੰਡ ਪਹਿਲਾਂ ਮੈਂ ਇਹਨਾਂ ਨੂੰ ਤੀਜ 'ਤੇ ਇਨਵਾਈਟ ਕੀਤਾ। ਹਾਂਜੀ ਉੱਥੇ ਮੈਂ ਤੀਜ 'ਤੇ ਮਾਸੜ ਜੀ ਅਤੇ ਮਾਸੀ ਜੀ ਨੂੰ ਐਜ਼ ਏ ਗੈਸਟ ਇਨਵਾਈਟ ਕੀਤਾ, ਮੇਰੇ ਪਿੰਡ 'ਚ ਤੀਜ ਦਾ ਫੈਸਟ ਮਨਾਇਆ ਸੀ ਅਸੀਂ ਜੀ।
फिर उत्थे मासी जी जदों आए इन्हों का प्यार देख के जी, फिर मम्मा कहिंदे कि मैं मासी जी कहिंदे कि हुण दस तू मैनू की बनाना, मम्मा कहिंदे कि मेरे को मासी नहीं जी, मैनू मासी का बहुत ज़्यादा चाए जी, मम्मा कल्ले सिस्टर ने। फिर मैं इन्हां नू एक मासी जी का रिश्ता दिता जी, तो मासी जी का प्यार हद तो वध है, नीना भाजी का तो गल ही नहीं जी, वो मैनू एक अपनी बेटी तो भी ज़्यादा प्यार करते हैं जी। ਇਹ ਕੁੜੀ ਨਹੀਂ ਹੈ, ਇਹਨੂੰ ਕੁੜੀ ਕਹਿਣਾ ਮੇਰੇ ਲਫਜ਼ਾਂ ਦੀ ਤੋਹੀਨ ਹੈ। ਇਹ ਬੱਬਰ ਸ਼ੇਰਨੀ ਹੈ, ਇਸ ਬੱਬਰ ਸ਼ੇਰਨੀ ਤੋਂ ਸਿੱਖੋ ਕੁਛ ਤੁਸੀਂ ਸਾਰੀਆਂ ਕੁੜੀਆਂ। ਅੱਜ ਦੇ ਟਾਈਮ ਦੇ ਵਿੱਚ ਜ਼ਿਆਦਾ ਟਾਈਮ ਜਿਹੜੀਆਂ ਕੁੜੀਆਂ ਨੇ ਸੋਸ਼ਲ ਮੀਡੀਆ 'ਤੇ ਜਾਂ ਇੱਧਰ ਉੱਧਰ ਘੁੰਮਣ 'ਤੇ ਜਾਂ ਆਪਣਾ ਹੋਰ ਜਿਹੜੀਆਂ ਐਕਟੀਵਿਟੀਜ਼ ਨੇ ਉਹਨਾਂ 'ਤੇ ਲਗਾਉਂਦੀਆਂ, ਇਹ ਕੁੜੀ ਦੇ ਕੋਲ ਕਿੰਨੀ ਕਲਾ ਹੈ ਤੁਹਾਨੂੰ ਦੱਸਿਆ ਮੈਂ ਨਾ। ਅਤੇ ਤੁਸੀਂ ਇਹ ਦੱਸੋ ਕਿ ਜ਼ਿਆਦਾਤਰ ਜਿਹੜੀਆਂ ਮਾਵਾਂ ਹੁੰਦੀਆਂ ਆਪਣੀ ਬੱਚੀਆਂ ਨੂੰ ਕਹਿੰਦੀਆਂ ਪੜ੍ਹੋ ਪੜ੍ਹੋ ਪੜ੍ਹੋ, ਅਤੇ ਤੁਸੀਂ ਜਿਹੜਾ ਇੰਨਾ ਜ਼ਿਆਦਾ ਇਸ ਦੇ ਵਿੱਚ ਆਪਣੇ ਆਪ ਹੀ ਆਪਣੇ ਆਪ ਨੂੰ ਖਬੋ ਲਿਆ ਵਿੱਚ, ਹੈ ਨਾ, ਅਤੇ ਕਿਹੜੀਆਂ ਕਿਹੜੀਆਂ ਐਕਟੀਵਿਟੀਜ਼ ਹੈ ਤੁਹਾਡੀ ਲਾਈਫ ਦੀਆਂ? ਸਰ ਮੈਂ ਸਭ ਤੋਂ ਪਹਿਲਾਂ ਸਪੋਰਟਸ ਤੋਂ ਵੀ ਰਹੀ ਹਾਂ ਜੀ, ਮੈਂ ਕਰਾਟੇ ਵੀ ਕੀਤਾ ਜੀ ਸਟੇਟ ਤੱਕ, ਹੈਮਰ ਥਰੋ ਵੀ ਮੈਂ ਸਟੇਟ ਕੀਤਾ ਹੈ ਜੀ, ਦੈਨ ਉਹ ਤੋਂ ਬਾਅਦ ਥਰੋ ਬੋਲ ਦਾ ਮੈਂ ਨੈਸ਼ਨਲ ਗਈ ਹਾਂ ਜੀ, ਫੀਸਟ ਬੋਲ ਦਾ ਨੈਸ਼ਨਲ ਤੱਕ ਗਈ ਹਾਂ ਜੀ ਉਹਨਾਂ ਦਾ। ਬਟ ਡਾਂਸ ਦਾ ਮੇਰਾ ਸੀਗਾ ਸ਼ੁਰੂ ਤੋਂ ਜੀ ਗਿੱਧਾ, ਅਤੇ ਮੇਰਾ ਜਾਨ ਹੈ ਜੀ ਗਿੱਧੀ, ਜਾਨ ਹੈ ਜੀ ਗਿੱਧਾ, ਇੱਦਾਂ ਕਹਿ ਸਕਦੇ ਜੀ, ਇੱਕ ਮੈਡੀਟੇਸ਼ਨ ਕਹਿ ਸਕਦੇ ਉਹਨੂੰ ਜੀ, ਕਿ ਉਹਨੂੰ ਕਰਕੇ ਤਾਂ ਜੀ ਜੋ ਖੁਸ਼ੀ ਮਿਲਦੀ ਹੈ ਮੈਂ ਸਭ ਕੁਛ ਭੁੱਲ ਜਾਂਦੀ ਹਾਂ ਜੀ। ਅਤੇ ਮੇਰੇ ਮਦਰ ਨੇ ਮੈਨੂੰ ਅੱਜ ਤੱਕ ਨਹੀਂ ਰੋਕਿਆ, ਮੇਰੇ ਮਦਰ ਵੀ ਗਿੱਧਾ ਕਰਦੇ ਸੀਗੇ, ਅਤੇ ਉਹਨਾਂ ਨੂੰ ਕਹਿਣਾ ਮੰਮਾ ਇੱਥੇ ਫੰਕਸ਼ਨ ਹੈ, ਮੈਨੂੰ ਮਾਸੀ ਜੀ ਨੇ ਬੁਲਾਇਆ, ਮੰਮਾ ਕਹਿ ਦੂੰਗੀ ਚੱਲ ਜਾਓ ਕੋਈ ਗੱਲ ਨਹੀਂ ਕਰ ਲਓ ਪਾਰਟੀਸਪੇਟ। ਅਤੇ ਮੈਨੂੰ ਹੁਣ ਵੀ ਸਰ ਇੱਦਾਂ ਰਹਿੰਦਾ ਕਿਤੇ ਵੀ ਮੈਨੂੰ ਕੋਈ ਬੋਲੇ ਕਿ ਰੁਪਿੰਦਰ ਇੱਥੇ ਗਿੱਧਾ ਕਰਨਾ, ਇੱਥੇ ਭੰਗੜਾ ਕਰਨਾ ਜੀ, ਮੈਂ ਉੱਥੇ ਹੀ ਸ਼ੁਰੂ ਹੋ ਜਾਂਦੀ ਹਾਂ ਜੀ। ਅਤੇ ਦੇਖੋ ਇਹ ਕੁੜੀ ਸੰਗਦੀ ਵੀ ਨਹੀਂ ਹੈ ਬਿਲਕੁਲ, ਵੱਡੀ ਗੱਲ ਹੈ। ਜ਼ਿਆਦਾਤਰ ਲੋਕ ਕਲਾ ਹੁੰਦੀ ਹੈ ਉਹਨਾਂ ਦੇ ਅੰਦਰ ਬਹੁਤ ਜ਼ਿਆਦਾ, ਲੇਕਿਨ ਉਹ ਸੰਗਣ ਲੱਗ ਜਾਂਦੇ ਆ, ਕਿਤੇ ਪਰਫੋਰਮ ਕਰਨ ਲਈ ਉਹਨਾਂ ਨੂੰ ਕਿਹਾ ਜਾਂਦਾ ਉਹ ਸੰਗਣ ਲੱਗ ਜਾਂਦੇ ਆ, ਉਹ ਕਹਿੰਦੇ ਨਹੀਂ ਮੈਂ ਨਹੀਂ ਇੱਥੇ ਕਰ। ਇਹਨਾਂ ਨੇ ਮੈਨੂੰ ਫੀਲ ਹੋ ਰਿਹਾ ਕਿ ਇੰਟਰਵਿਊ ਵੀ ਫਸਟ ਟਾਈਮ ਦੇ ਰਹੇ ਹੋ ਤੁਸੀਂ, ਹੈ ਨਾ, ਅਤੇ ਫਸਟ ਟਾਈਮ ਇੰਟਰਵਿਊ ਕਰ ਰਹੇ ਨੇ, ਕਿੰਨਾ ਖੁੱਲ੍ਹ ਕੇ ਬੋਲ ਰਹੇ ਨੇ, ਅਤੇ ਕਿੰਨਾ ਫੀਲ ਹੀ ਨਹੀਂ ਹੋ ਰਿਹਾ ਕਿ ਫਸਟ ਟਾਈਮ ਕੈਮਰਾ ਫੇਸ ਕਰ ਰਹੇ ਨੇ, ਹੈ ਨਾ। ਤੁਹਾਨੂੰ ਫੀਲ ਹੋ ਰਿਹਾ? ਨਹੀਂ ਜੀ ਸਰ, ਨੋਰਮਲ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਾਂ। ਹਾਂਜੀ ਨੋਰਮਲ ਜੀ ਸਰ। ਅਤੇ ਮੈਨੂੰ ਇੱਕ ਹੋਰ ਗੱਲ ਫੀਲ ਹੋ ਰਹੀ ਹੈ ਕਿ ਜਿਹੜੇ ਸੁਖਵੀਰਪਾਲ ਕੌਰ ਹੈ ਤੁਹਾਡੇ ਮਾਸੀ ਜੀ, ਤੁਸੀਂ ਉਹਨਾਂ ਨੂੰ ਮਾਂ ਤੋਂ ਵੀ ਵੱਧ ਪਿਆਰ ਕਰਨ ਲੱਗ ਗਏ। ਹਾਂਜੀ ਸਰ, ਉਹਨਾਂ ਨੇ ਮੈਨੂੰ ਇੱਕ ਮਾਂ ਤੋਂ ਵੀ ਵੱਧ ਕੇ ਪਿਆਰ ਦਿੱਤਾ ਜੀ। ਹੋਰ ਸਭ ਤੋਂ ਵੱਡੀ ਗੱਲ ਨੀਨਾ ਭਾਜੀ ਦੀ ਹੈ, ਨੀਨਾ ਮਾਸੜ ਜੀ ਨੇ ਮੈਨੂੰ ਕੀ ਕਰਨਾ, ਮੈਂ ਰੋਜ਼ਾਂ 'ਚ ਵੀ ਪ੍ਰੈਕਟਿਸ ਭਾਜੀ ਕਿਹਾ ਕਰੋ ਮਾਸੜ ਜੀ ਨੇ ਬੋਲੇ ਉਹਨਾਂ ਨੂੰ ਜੀ, ਨੀਨਾ ਭਾਜੀ ਨੇ ਮੇਰੇ ਨਾਲ ਕੀ ਕਰਨਾ ਜੀ, ਜਦੋਂ ਮੈਂ ਇੱਥੇ ਪ੍ਰੈਕਟਿਸ 'ਤੇ ਹੁੰਦੀ ਸੀ ਜੀ, ਮੇਰੇ ਰੋਜ਼ੇ ਚੱਲਦੇ ਸੀਗੇ ਜੀ, ਅਤੇ ਸਾਰਿਆਂ ਨੂੰ ਪਤਾ ਮੇਰਾ ਰੋਜ਼ਾ ਰੱਖ ਕੇ ਹੀ ਮੈਂ ਪ੍ਰੈਕਟਿਸ ਕਰਨੀ ਜੀ, ਅਤੇ ਰੋਜ਼ੇ 'ਚ ਪਤਾ ਹੈ ਜੀ ਕਿ ਕੁਛ ਖਾਂਦੇ ਪੀਂਦੇ ਨਹੀਂ ਜੀ, ਅਤੇ ਨੀਨਾ ਭਾਜੀ ਨੇ ਮੇਰੇ ਲਈ ਫਰੂਟ ਦੀ ਪਲੇਟ ਕੱਟ ਕੇ ਜੀ ਪਹਿਲਾਂ ਬਾਹਰ ਖੜ੍ਹੇ ਹੋ ਜਾਣਾ ਕਿ ਬੇਟੀ ਦਾ ਰੋਜ਼ਾ ਇਹਨੇ ਖੋਲ੍ਹਣਾ ਹੈ ਜੀ, ਉਹਨਾਂ ਨੇ ਮੈਨੂੰ ਚੱਲਦੀ ਪ੍ਰੈਕਟਿਸ 'ਚੋਂ ਆਵਾਜ਼ ਮਾਰਨੀ, ਅਤੇ ਉੱਥੇ ਗੱਗੀ ਭਾਜੀ ਸਾਡੇ ਹੈਗੇ ਨੇ ਸਿੰਗਰ ਨੇ ਜੀ ਬਹੁਤ ਵੱਡੇ, ਉਹ ਸਾਨੂੰ ਪ੍ਰੈਕਟਿਸ ਕਰਵਾਉਂਦੇ ਸੀ ਜੀ, ਅਤੇ ਗੱਗੀ ਭਾਜੀ ਨੇ ਹੋਣਾ, ਭਾਜੀ ਨੇ ਉਹਨੂੰ ਆਵਾਜ਼ ਮਾਰਨੀ ਗੱਗੀ ਰੁਪਿੰਦਰ ਨੂੰ ਬਾਹਰ ਘੱਲ ਦੇ, ਉਹਨਾਂ ਨੇ ਮੈਨੂੰ ਈਵਨ ਕਿ ਬਹੁਤ ਟਾਈਮ ਹੋਇਆ ਕਿ ਉਹਨਾਂ ਨੇ ਮੈਨੂੰ ਖਾਣਾ ਵੀ ਖੁਦ, ਕਿਉਂਕਿ ਮਾਸੀ ਜੀ ਕਦੇ ਘਰ ਨਹੀਂ ਹੁੰਦੇ ਸੀਗੇ, ਅਤੇ ਉਹਨਾਂ ਨੇ ਕਹਿਣਾ ਕੁਛ ਖਾ ਕੇ ਬੇਟਾ ਫੇਰ ਹੀ ਤੂੰ ਘਰੇ ਜਾਣਾ, ਰੋਜ਼ਾ ਮੈਂ ਇਹਨਾਂ ਦੇ ਘਰੇ ਖੋਲਦੀ ਹੁੰਦੀ ਸੀ ਜੀ, ਆਪਣਾ ਰੋਜ਼ੇ ਦੇ ਵਿੱਚ ਹੀ ਚੱਲਦੇ ਰੋਜ਼ਿਆਂ 'ਚ ਜੀ ਮੈਂ ਪ੍ਰੈਕਟਿਸ ਕਰਨ ਆਉਣਾ ਹੁੰਦਾ ਸੀਗਾ ਜੀ, 2 ਘੰਟੇ ਕੰਟੀਨਿਊਸਲੀ ਲੁੱਡੀ ਕਰਨੀ ਜੀ, ਫਿਰ ਗਿੱਧੇ 'ਚ ਵੀ ਥੋੜ੍ਹਾ ਬਹੁਤ ਪਾਰਟੀਸਪੇਟ ਕੀਤਾ ਜੀ, ਇੱਦਾਂ ਕਰਕੇ ਨੀਨਾ ਭਾਜੀ। ਦੋਸਤੋ, ਕਲਯੁੱਗ ਦੇ ਵਿੱਚ ਇਨਸਾਨ ਹਜੇ ਜਿਉਂਦੇ ਨੇ, ਮੈਂ ਕਹਿੰਦਾ ਹੁੰਦਾ ਨਾ ਕਿ ਇਨਸਾਨ ਮਰ ਗਏ ਸਾਰੇ, ਇਸ ਧਰਤੀ ਤੋਂ ਇਨਸਾਨ ਗਾਇਬ ਹੋ ਗਏ, ਲੇਕਿਨ ਇਸ ਪਰਿਵਾਰ ਨੂੰ ਮਿਲ ਕੇ ਮੈਨੂੰ ਪਹਿਲੀ ਵਾਰ ਫੀਲ ਹੋਇਆ, ਸੱਚ ਬੋਲਦਾ, ਮੇਰੇ ਪਰਿਵਾਰ ਦਾ ਵੀ ਕੋਈ ਮੈਂਬਰ, ਮੇਰਾ ਕੋਈ ਰਿਸ਼ਤੇਦਾਰ ਮੈਨੂੰ ਕਦੇ ਆਪਣਾ ਨਹੀਂ ਲੱਗਿਆ। ਮੈਨੂੰ ਮਾਫ਼ ਕਰਿਓ ਇਸ ਗੱਲ ਕਹਿੰਦੇ ਹੋਏ, ਮੈਨੂੰ ਸ਼ਰਮ ਆ ਰਹੀ ਹੈ, ਲੇਕਿਨ ਮੈਨੂੰ ਇਹ ਪਰਿਵਾਰ ਆਪਣਾ ਲੱਗਿਆ, ਕਿਉਂ ਲੱਗਿਆ, ਕਿਵੇਂ ਲੱਗਿਆ ਮੈਨੂੰ ਨਹੀਂ ਪਤਾ, ਕਿਉਂਕਿ ਇਸ ਕੁੜੀ ਨੇ ਜਿਹੜੀ ਮੇਰੀ ਗੱਲਬਾਤ ਹੈ ਉਸ 'ਤੇ ਮੋਹਰ ਲਗਾ ਤੀ, ਨਾਲ ਦੀ ਨਾਲ ਇੱਕ ਸਟੈਂਪ ਲਗਾ ਤੀ ਕਿ ਇਹ ਮੇਰੀ ਗੱਲ ਜੋ ਬੋਲ ਰਿਹਾ ਸੱਚੀ ਹੈ। ਹਾਂਜੀ ਸਰ, ਇਹ ਬਿਲਕੁਲ ਸੱਚੀ ਹੈ ਜੀ, ਮੈਨੂੰ ਉਦੋਂ ਜਦੋਂ ਮੈਂ ਦੇਖਿਆ ਕਿ ਨੀਨਾ ਭਾਜੀ ਦਾ ਮੈਨੂੰ ਲੈ ਕੇ ਇੰਨਾ ਪਿਆਰ ਕਿ ਹਾਂ ਉਹਨੇ ਰੋਜ਼ਾ ਰੱਖਿਆ ਜੀ, ਖੁਦ ਫਰੂਟ ਕੱਟ ਕੇ ਮੇਰੇ ਲਈ ਲੈ ਕੇ ਆਉਣੇ ਜੀ ਬਾਹਰ, ਫਿਰ ਮੈਨੂੰ ਹੋਰ ਵੀ ਜ਼ਿਆਦਾ ਇਹਨਾਂ ਨਾਲ ਅਟੈਚਮੈਂਟ, ਇੱਕ ਪਿਆਰ ਇੰਨਾ ਵੱਧ ਗਿਆ ਜੀ, ਮੈਂ ਹੁਣ ਤੁਸੀਂ ਦੇਖਿਆ ਵੀ ਮੈਂ ਉਹਨਾਂ ਨੂੰ ਹੱਕ ਕਿੰਨੀ ਟਾਈਟਲੀ ਕੀਤੀ ਹੈ, ਇੱਕ ਫਾਦਰ ਦੀ ਤਰ੍ਹਾਂ ਜੀ। ਇਸ ਦੇਸ਼ ਦੇ ਵਿੱਚ ਹੀ, ਇਸ ਦੇਸ਼ ਦੇ ਵਿੱਚ ਹੀ ਕੁਝ ਦਿਨ ਪਹਿਲਾਂ ਇੱਕ ਫੋਰਨਰ ਜਿਹੜੀ ਪੂਰਾ ਵਰਲਡ ਘੁੰਮ ਰਹੀ ਸੀ ਉਹਦਾ 7 ਬੰਦਿਆਂ ਵੱਲੋਂ ਰੇਪ ਕੀਤਾ ਜਾਂਦਾ, ਉਸੀ ਦੇਸ਼ ਦੇ ਵਿੱਚ ਇਹ ਕੁੜੀ ਹੈ ਜਿਸ ਨੇ ਇੱਕ ਬੇਗਾਨੇ ਖੂਨ ਨੂੰ ਆਪਣਾ ਖੂਨ ਸਮਝਿਆ, ਅਤੇ ਉਸ ਖੂਨ ਨੇ ਵੀ ਉਸ ਖੂਨ ਦੀ ਇੱਜ਼ਤ ਰੱਖੀ। ਹਾਂਜੀ ਸਰ, ਉਹਨਾਂ ਵੱਲੋਂ ਅੱਜ ਤੱਕ ਕਦੇ ਨਹੀਂ ਹੋਇਆ, ਈਵਨ ਕਿ ਮੈਂ ਜਦੋਂ ਰਾਤ ਵੀ ਜ਼ਿਆਦਾ ਰਾਤ ਹੋ ਜਾਂਦੀ ਸੀ ਅਤੇ ਮਾਸੜ ਜੀ ਨੇ ਮਾਸੀ ਜੀ ਨੇ ਕਿਸੇ ਨੂੰ ਭੇਜਣਾ ਮੈਨੂੰ ਛੱਡਣ, ਜਾਂ ਉਹਨਾਂ ਨੇ ਕਹਿਣਾ ਜੀ ਮੈਂ ਨਾਲ ਜਾਣਾ, ਇੱਕ ਮੈਂ ਸੌਂਗ ਵੀ ਕੀਤਾ, ਮਾਡਲਿੰਗ ਕੀਤੀ ਹੈ ਜੀ, ਉਹ ਵੀ ਮੈਂ
मास्टर जी के थ्रू ही किया है जी, तो मास्टर जी कहते बिल्कुल सेफ है, टेंशन नहीं लैनी तू किसी गल की जी। उतों मैं लेट हुई हूँ तो मास्टर जी ने मैनू छड़न लिए स्पैशल घर बंदा भेजा जी कि कुड़ी नू तुसी घर तक छड़ के आना है जी। अपनिया कुड़िया नू भी कोई एवें नहीं पालदा, मेरिया तो अखां दे विच हंजू ही वगड़े चाह रहे ने, लेकिन इस इंटरव्यू के दौरान नहीं तो ये अखां फिर रोणगियां, कदे तो रोणगियां ही, रोना भी चंगा हुंदा। तो जिस तरह की तुसी योगा की गल की, तो योगा तुसी कदों तो स्टार्ट किया? सर योगा मैं किया है जी, मैंने 2 साल हो गए ने स्टार्ट किए जी। पहले मैं चंडीगढ़ तो योगा थैरेपी का 1 साल का डिप्लोमा किया जी, उदो मैं ज़्यादा इंट्रस्ट नहीं सी, एक बचपना कह लो जी, मैं बस करती सी उन्हों एक प्रोफेसन समझ के जी। दैन उस तो बाद मेरा 3 महीने की इंटर्नशिप सी, वो मैं की बैंगलोर तो जी, बैंगलोर SVSI यूनिवर्सिटी तो मैं की। उत्थे जाके जेड़ा मैनू एक्चुअल च अपने आप नू पहचानन दी मैनू कला उत्थे जाके पता चली कि अपने अंदर देखो जी। सब तो पहला योगा थैरेपी की है, मैनू भी नहीं पता योगा थैरेपी बारे, योगा बारे पता है? सर योगा थैरेपी हैगी है जिदा कि बैक पेन कह दें जी, आप आसनाज होंगे ने कि एक अनाटमी प्रोपर अपन पता होंगी है जी, वो प्रैशर हाँ जी कि अपना सिटिंग किदा पोस्चर किदा देने जी। मोस्टली अजक बैक पेन है जोड़ा जी, अपना पोस्चर खराब होने करके हो रहा जी जी। सर बैक पेन हो गया जी, सर्वाइकल हो गया, मोस्टली ये अपना बैड पोस्चर करके है जी। तो थैरेपी इदा है कि अपना जी अपने हैंड्स का आए जी ये काम सारा, कि आप जो बजुर्ग ने बिल्कुल नहीं चल सकते जी उन्होंने आप थैरेपी देंगे ने, जिदा एकूप्रेशर हो गया जी, एकूपंचर हो गया, इदा ही योगा के आसन होंगे ने जी, उन्होंने अपने अपने हाथों आप कि थैरेपी दे सकते हैं। जिस तरह कि थोड़ी गल बिल्कुल 16 आने सच है कि 90% मैं लोगों मिलना जिड़िया के बैक पेन तो हो ही रही है, वो थोड़े कोई केसिस बहुत सारे ठीक किए हैं? हाँ जी सर, योगा थैरेपी ना एक्चुअल से जो मैं उस यूनिवर्सिटी के अंडर काम किया जी, उत्थे जाके सर अपने पंजाब नालों जी उधर ये चीज़ मैं देखन चाहिए कि उधर मेडिकल स्टोर की बजाए जी उत्थे ने आयुर्वेद के सेंटर जी, दैन उस तो बाद उत्थे थैरेपी का इदा है कि जिदा अलग अलग सैक्शन एक क्लास बनी हुई है जी, कि इस क्लास च एक बैक पेन वाला परसन ही जाऊगा जी, दूजा एंगजाइटी डिप्रैशन ये सब तो ज़्यादा है जी अजकल अपने सोसाइटी जी। तो उत्थे जाके सर मैं देखा कि योगा थैरेपी के नाल किवें बैक पेन सही हुंदा है जी, मैं अपने अखा उन्होंने केस स्टडी की। मैं पूछा कि तुम भी ठीक किए कोई केसिस हूँ? हाँ जी सर, चलो परमात्मा वालों एक गुण आया जी मेरे हाथ च जी, परमात्मा ने मैनू यदि कला दी जी, उत्थे सीखिया, दैन मैं इतने 69 सैक्टर च आयुर्वेदिक सेंटर से एक उत्थे मैं अपलाई किया जी, मेरे को डिस्क दे सके जी, एक तो दो पेशेंट, एक जिन्होंने नॉर्मली बैक पेन रहा जी, तो उन्होंने बहुत हद तक 85% तक बैक पेन सही होया जी। दैन उस तो बाद मेरी गौरमेंट सैक्टर से जी CM की योगशाला च सिलेक्शन हो गई सी जी, फिर मैं उस तो बाद जी सर, दैन उस तो बाद सर मेरा रीसेंटली हुणे मैं अमृतसर तो आई हाँ जी वापस जी सर, अमृतसर भी मेरे काफ़ी केसिस इदा के आए ने जी, उन्होंने मैं एक पब्लिक मैंबर समझ के नहीं, एक परमा एक फैमिली जी, एक परमा इदा कि मेरे अपने ने जी, फिर मैं उन्होंने थैरेपी करवाई है जी, आसनी करवाए ने, ओदे नाल ही बहुत ज़्यादा सही हुए ने जी। क्योंकि ना ये प्रॉब्लम बड़ी, क्योंकि मैं भी सारा दिन लग्या रहना इस काम लई, ते मैनू एक हुणी कैनेडा तो आए सी उन्हां दा ईयर्स दी प्रॉब्लम सी, आइज दी प्रॉब्लम, मैं खुद ही लग्या रहना कि जिहड़े एरो वैदा चाह रहे हैं उन्हां नाल उन्हां दी गलबात करावां ते ओह ठीक हुंदे रहण। तुसीं इंट्रस्टिड हो कि तुसीं अपना फोन नंबर अपने दर्शकों नूं कितों भी थोड़ी सलाह लै सके, फोन नंबर अगर डिस्पले करना चाहते हो? सर मोबाइल नंबर कैसा, मेरा नाम रुपिंदर कौर जिवें सर ने दस्या ही है जी, 7009321152 जी। दूसरा भी बोल दो कोई प्रॉब्लम नहीं सर, ये मेरा बिजनेस ला लो जिवें कि हुण मैं अपने मेरे CM दी योगशाला च चलदा पिया जी जी सर। हां जी सर, ठीक है, इसी नंबर ते तुसी इन्हां दी हेल्प, तुसी जे कोई गरीब होवे तो ओदी फ्री भी हेल्प करना चाहोगे? ये मैनू सब तो ज़्यादा खुशी होगी, कोई जड़े गरीब मैं बिल्कुल कुछ नहीं कर सकते पे आउट जी, मैं उन्हां दी हेल्प करने लिए इंटरस्टेड है, जिवें मैनू कहो जिथे तुसी बुलाना चाहोगे जी मैं। क्योंकि मेरी ये इंटरव्यू का कारण ही यही सीगा, क्योंकि मैं चाहना कि जिहड़े लोग अफोर्ड नहीं कर सकते उन्हां दी अगर हेल्प हो जाए, अगर उन्होंने कोई दो लफज बोल के ही ठीक किया जा सकता हो, तुसी इस तरह करो योगा, तुसी ब्रीदिंग वगैरह होर योगा दी एक्सरसाइजिज भी जानते हो? सर ब्रीदिंग ये है कि अजकल की है जो मेन जिन्ना कि मेरा एक्सपीरियंस है, ज़्यादा एज नहीं जी, मैं अज तक देखा कि आप अपने दे ध्यान नहीं देंदे जी, सब तो ज़्यादा आप दूजे बंदे वाल देखते हैं कि ये की करता किवें चलता है जी,
ਜਦੋਂ ਆਪਾਂ ਆਪਣੇ ਅੰਦਰ ਦੇਖਣਾ ਸ਼ੁਰੂ ਕਰਤਾ ਨਾ ਕਿ ਮੇਰੇ ਅੰਦਰ ਕੀ ਕਮੀਆਂ ਤੇ ਕੀ ਜੀ ਸਰ ਕਿ ਆਪਣੇ ਅੰਦਰ ਕੀ ਕਮੀਆਂ ਤੇ ਕੀ ਖੂਬੀਆਂ ਨੇ ਜੀ ਆਪਣੇ ਅੰਦਰ ਹੀ ਦੇਖਣਾ ਪੈਣਾ ਆਪਣੇ ਅੰਦਰ ਸਟਾਰਟਿੰਗ ਕਿ ਬਰੀਥਿੰਗ ਤੇ ਧਿਆਨ ਦੇਣਾ ਜੀ ਕਿ ਬਰੀਥਿੰਗ ਦੇ ਧਿਆਨ ਸਰ ਐਦਾਂ ਹੀ ਦਿੱਤਾ ਜਾ ਸਕਦਾ ਹੈ ਕਿ ਲਾਈਕ ਜਿਵੇਂ ਤੁਸੀਂ ਬੈਠੇ ਹੋ ਬੈਠੇ ਬੈਠੇ ਵੀ ਚੈੱਕ ਕਰੋ ਕਿ ਮੈਂ ਇਨਹੇਲ ਕਿੱਦਾਂ ਕੀਤਾ ਜੀ ਕਿ ਮੈਂ ਨੋਜ਼ ਰਾਹੀਂ ਸਾਹ ਲਿਆ ਜਾਂ ਨਹੀਂ ਜੀ ਨੋਜ਼ ਰਾਹੀਂ ਛੱਡਣਾ ਹੈ ਜੀ ਮੋਸਟਲੀ ਕੀ ਹੁੰਦਾ ਨਾਰਮਲ ਬਰੀਥਿੰਗ ਚੱਲ ਰਹੀ ਹੈ ਜੀ ਆਪਾਂ ਬਰੀਥਿੰਗ ਤੇ ਨਹੀਂ ਧਿਆਨ ਦਿੰਦੇ ਬਰੀਥਿੰਗ ਤਾਂ ਪੈਟਰਨ ਹੈ ਨਾ ਜਿਹੜਾ ਆਪਣਾ ਮਤਲਬ 10 ਇਅਰਸ ਦੀ ਏਜ ਤੋਂ ਬਾਅਦ ਆਪਣੇ ਆਪ ਖੁਦ ਹੀ ਚੇਂਜ ਹੋ ਜਾਂਦਾ ਉਹ ਬੁਰਾ ਪੈਟਰਨ ਹੋ ਜਾਂਦਾ ਤੇ ਉਸ ਪੈਟਰਨ ਦੇ ਕਾਰਨ ਹੀ ਸਾਰੀਆਂ ਬਿਮਾਰੀਆਂ ਲੱਗਦੀਆਂ ਜੀ ਸਰ ਉਹ ਤੋਂ ਬਾਅਦ ਇਹ ਹੁੰਦਾ ਕਿ ਆਪਾਂ ਆਪਣੀ ਜਿਵੇਂ ਜਿਵੇਂ ਵੱਡੇ ਹੁੰਦੇ ਆ ਜੀ ਕੰਮ ਵੱਡੇ ਲਾ ਲਓ ਜੀ ਭੁੱਲ ਜਾਂਦੇ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਜੀ ਸਰ ਨਾਰਮਲੀ ਆਪਾਂ ਇੱਕ ਬੱਚਾ ਦੇਖਦੇ ਹਾਂ ਜੀ ਛੋਟਾ ਜਦੋਂ ਸਾਹ ਲੈਂਦਾ ਜੀ ਉਹ ਗੁਬਾਰੇ ਦੀ ਤਰ੍ਹਾਂ ਬਾਹਰ ਜਾਂਦਾ ਜੀ ਜੀ ਸਰ ਉਹੀ ਚੀਜ਼ ਮੈਂ ਦੱਸਣਾ ਚਾਹੁੰਦਾ ਸੀਗਾ ਜਿਹੜਾ ਸਾਰੀ ਖੇਡ ਹੈ ਬਰੀਥਿੰਗ ਪੈਟਰਨ ਜਿਹੜਾ ਤੁਹਾਨੂੰ ਨੈਵਲ ਟੈਕਨੋਲੋਜੀ ਹੈ ਆਪਣੀ ਧੁਨੀ ਦੇ ਵਿੱਚ ਤੇਲ ਪਾਉਂਦੇ ਹਾਂ ਜਾਂ ਆਪਾਂ ਸਰ੍ਹੋਂ ਦਾ ਤੇਲ ਜਾਂ ਕੁਛ ਵੀ ਇਹਦੇ ਬਾਰੇ ਨੌਲੇਜ ਹੈ ਕੁਛ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੀਆਂ ਜਿਹੜੀਆਂ ਬੂੰਦਾਂ ਦੀ ਗੱਲ ਹੋ ਰਹੀ ਹੈ ਡ੍ਰੌਪਸ ਦੀ ਗੱਲ ਹੋ ਰਹੀ ਹੈ ਕਿ ਤੁਹਾਡੀਆਂ ਸਾਰੀਆਂ ਬਿਮਾਰੀਆਂ ਹੀ ਖਤਮ ਹੋ ਜਾਣਗੀਆਂ ਅਗਰ ਤੁਸੀਂ ਡ੍ਰੌਪਸ ਪਾਉਂਦੇ ਹੋ ਡ੍ਰੌਪਸ ਦਾ ਇੱਦਾਂ ਹੈ ਕਿ ਆਪਣਾ ਜਿਹੜਾ ਬਾਡੀ ਦਾ ਅੱਜ ਕੱਲ੍ਹ ਚੱਲ ਗਿਆ ਨਾ ਕਿ ਡਰਾਈਨੈਸ ਬਹੁਤ ਹੋ ਗਈ ਹੈ ਜੀ ਮੋਸਟਲੀ ਆਪਾਂ ਵੇਟ ਲੂਜ਼ ਕਰਨ ਲਈ ਕੀ ਕਰਦੇ ਹਾਂ ਜੀ ਓਇਲੀ ਚੀਜ਼ਾਂ ਬੰਦ ਕਰ ਦਿੰਦੇ ਹਾਂ ਜਦਕਿ ਆਪਾਂ ਨੂੰ ਦੇਸੀ ਘਿਓ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਬਹੁਤ ਜ਼ਿਆਦਾ ਖਾਣਾ ਚਾਹੀਦਾ ਕਦੇ ਕਿਉਂਕਿ ਇੱਕ ਤਾਂ ਜੀ ਆਪਣੀ ਬਾਡੀਆਂ ਨੂੰ ਜਿਵੇਂ ਕਹਿ ਦਿੰਦੇ ਹਾਂ ਗਰੀਸ ਦੀ ਜ਼ਰੂਰਤ ਹੁੰਦੀ ਨਾ ਹਰ ਇੱਕ ਵਹੀਕਲ ਨੂੰ ਜੀ ਤੇ ਉਹਦੇ ਲਈ ਆਪਾਂ ਨੂੰ ਗਰੀਸ ਦੀ ਜ਼ਰੂਰਤ ਹੈ ਤੇ ਜਦੋਂ ਬਾਡੀ ਚ ਉਹ ਨਹੀਂ ਜਾਣਾ ਜੀ ਫਿਰ ਕਿੱਥੋਂ ਤੁਸੀਂ ਫਲੈਕਸ ਦੇਖੋ ਇੱਥੇ ਜਿਹੜੀ ਨਵੀਂ ਸਾਇੰਸ ਆ ਉਹਨੇ ਇੱਕ ਬਕਵਾਸ ਕੀਤੀ ਹੈ ਕਿ ਦੇਸੀ ਘਿਓ ਬੰਦ ਕਰ ਦਿਓ ਨਹੀਂ ਹਾਰਟ ਅਟੈਕ ਹੋ ਜਾਊਗਾ ਇਹ ਜਿਹੜੀਆਂ ਸਾਰੀਆਂ ਬਿਮਾਰੀਆਂ ਨੇ ਬੀਪੀ ਹਾਰਟ ਅਟੈਕ ਸ਼ੂਗਰ ਇਹ ਪੈਦਾ ਕੀਤੀਆਂ ਗਈਆਂ ਹੋਈਆਂ ਲੱਗਦੀਆਂ ਇਹ ਅਸਲ ਦੇ ਵਿੱਚ ਆਪਾਂ ਜੇ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਾਂ ਕਿਉਂਕਿ ਮੈਂ ਸੁਣਿਆ ਕਿ 72,000 ਜਿਹੜੀਆਂ ਨਾੜੀਆਂ ਨੇ ਆਪਣੀ ਧੁਨੀ ਦੇ ਨਾਲ ਜੁੜੀਆਂ ਸਰ ਇਹ ਹੈ ਕਿ ਆਪਾਂ ਪਤਾ ਕੀ ਕਰਦੇ ਹਾਂ ਜੀ ਕਿ ਜੋ ਰੀਜ਼ਨ ਦੱਸਦੇ ਨੇ ਡਾਕਟਰ ਇਹਦੇ 'ਚ ਗਲਤ ਨਹੀਂ ਕਹਿ ਸਕਦੇ ਉਹਨਾਂ ਨੂੰ ਰੀਜ਼ਨ ਇਸ ਕਰਕੇ ਹੈ ਕਿ ਆਪਾਂ ਵਰਕਆਊਟ ਉਦਾਂ ਦਾ ਨਹੀਂ ਕਰਦੇ ਜੀ ਨਹੀਂ ਜੀ ਵਰਕਆਊਟ ਉਦਾਂ ਦਾ ਨਹੀਂ ਕਰਦੇ ਜੀ ਜੀ ਸਰ ਹੁਣ ਇੱਦਾਂ ਹੈ ਕਿ ਦੇਸੀ ਘਿਓ ਖਾਇਆ ਤੇ ਬਹਿ ਗਏ ਸੋ ਗਏ ਜੀ ਤਾਂ ਉਹ ਡਾਈਜੈਸਟ ਹੋਣਾ ਨਹੀਂ ਜੀ ਨਹੀਂ ਪਰ ਮੈਂ ਆਪਣੇ ਦੋਸਤਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹੂੰਗਾ ਮੇਰੇ ਫਾਦਰ ਕੈਨੇਡਾ ਨੇ ਅਤੇ ਉਹ ਅੱਜ ਵੀ ਮਤਲਬ ਜੇ ਮੈਂ ਕਿਹਾ ਅੱਧਾ ਕਿਲੋ ਬਰਫੀ ਖਾ ਜਾਂਦੇ ਨੇ ਇੱਕ ਵੀ ਬਿਮਾਰੀ ਨਹੀਂ ਅਤੇ ਉਹਨਾਂ ਦਾ ਵੀ ਇਹੀ ਹੈ ਕਿ ਬੈਠੇ ਨੇ ਉਹ ਲੇਕਿਨ ਇੱਕ ਚੀਜ਼ ਮੈਂ ਸੱਚ ਬੋਲੂੰਗਾ ਕਿ ਉਹਨਾਂ ਨੂੰ ਐਂਗਜ਼ਾਇਟੀ ਸ਼ਾਇਦ ਲਾਈਫ 'ਚ ਮੈਂ ਕਦੇ ਨਹੀਂ ਹੁੰਦੀ ਦੇਖੀ ਉਹਨਾਂ ਨੂੰ ਸਟ੍ਰੈਸ ਨਹੀਂ ਹੈ ਇਹ ਸਾਰਾ ਕੁਝ ਝੂਠ ਲੱਗਿਆ ਮੈਨੂੰ ਉਸ ਟਾਈਮ ਜਦੋਂ ਮੈਂ ਖੁਦ ਉਹਨਾਂ ਦੀ ਉਹਨਾਂ ਨੂੰ ਦੇਖਦਾ ਘੀ ਵੀ ਖਾਂਦੇ ਆ ਉਹ ਮਲਾਈ ਵੀ ਖਾਂਦੇ ਆ ਸਭ ਕੁਝ ਖਾਂਦੇ ਆ ਲੇਕਿਨ ਉਹਨਾਂ ਦੇ ਮੈਂ ਉਹਨਾਂ ਨੂੰ ਸਟ੍ਰੈਸ 'ਚ ਨਹੀਂ ਦੇਖਿਆ ਕਦੇ ਇੱਕ ਦਿਨ ਵੀ ਸਟ੍ਰੈਸ 'ਚ ਨਹੀਂ ਦੇਖਿਆ ਸਰ ਜਿਹੜੇ ਸਟ੍ਰੈਸ 'ਚ ਨਹੀਂ ਹੈਗੇ ਨਾ ਜੀ ਬਿਮਾਰੀ ਕਿੱਥੋਂ ਆਣੀ ਹੈ ਜੀ ਬਿਮਾਰੀ ਦੀ ਜੜ੍ਹ ਹੀ ਸਟ੍ਰੈਸ ਹੈ ਜੀ ਹੁਣ ਜਦੋਂ ਆਪਾਂ ਨਾਰਮਲੀ ਬੈਠੇ ਹਾਂ ਜੀ ਤੁਸੀਂ ਨਹੀਂ ਵੀ ਮਿੱਠਾ ਖਾਂਦੇ ਨਾ ਜੀ ਜਦੋਂ ਤੁਸੀਂ ਮੰਨ ਨਹੀਂ ਲਿਆ ਕਿ ਮਨ ਦਾ ਜੀ ਕਿ ਮੈਨੂੰ ਤਾਂ ਸ਼ੂਗਰ ਨਾ ਹੋ ਜਾਵੇ ਮਿੱਠਾ ਨਹੀਂ ਖਾਣਾ ਉਹ ਤੁਸੀਂ ਆਪਣੇ ਵੱਲੋਂ ਥੋਟ ਪਾਇਆ ਨਾ ਆਪਣੇ ਦਿਮਾਗ 'ਚ ਕਿ ਮੈਨੂੰ ਸ਼ੂਗਰ ਨਾ ਹੋ ਜਾਵੇ ਸਰ ਇਹੀ ਸਭ ਤੋਂ ਵੱਡਾ ਕਾਰਨ ਹੈ ਕਿ ਆਪਾਂ ਮਾਇੰਡ 'ਚ ਖੁਦ ਤੋਂ ਥੋਟ ਲੈ ਕੇ ਜਾਂਦੇ ਜਦੋਂ ਤੁਸੀਂ ਥੋਟ ਕੋਈ ਵੀ ਹੈ ਜਾਂ ਨੈਗੇਟਿਵ ਪਾਓ ਜਾਂ ਪੋਜ਼ਿਟਿਵ ਜਦੋਂ ਆਪਾਂ ਉਹ ਥੋਟ ਪਾਉਣਾ ਸ਼ੁਰੂ ਕਰਤਾ ਉਹਨੇ ਕੰਮ ਤਾਂ ਕਰਨਾ ਹੈ ਨਾ ਜੀ ਭਾਵੇਂ ਤੁਸੀਂ ਨੈਗੇਟਿਵ ਮੈਂ ਵੀ ਕੁੜੀਆਂ ਵਾਂਗੂ ਕਹਿੰਦਾ ਹਾਏ ਰੱਬਾ ਇੰਨੀ ਛੋਟੀ ਉਮਰ 'ਚ ਕੁੜੀ ਕਿੰਨੀ ਸਿਆਣੀ ਹੈ ਨਾ ਅਤੇ ਇਸ ਕੁੜੀ ਨਾਲ ਤਾਂ ਇੰਨੀਆਂ ਹੀ ਗੱਲਾਂ ਬਹੁਤ ਨੇ ਅੱਜ ਕਿਉਂਕਿ ਬਹੁਤ ਵਾਰ ਇਹਨਾਂ ਨਾਲ ਗੱਲਾਂ ਕਰਨੀਆਂ ਪੈਣਗੀਆਂ ਅਤੇ ਕਿਉਂਕਿ ਲੋਕਾਂ ਦਾ ਭਲਾ ਹੋਊਗਾ ਇਸ ਕਾਰਨ ਹੈ ਨਾ ਅਤੇ ਵਾਰ ਵਾਰ ਆਪਾਂ ਜੇ ਇਹ ਚਾਹੁਣਗੇ ਤਾਂ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਕਰਾਵਾਂਗੇ ਅਤੇ ਜੋ ਵੀ ਤੁਸੀਂ ਇਹਨਾਂ ਤੋਂ ਹੈਲਪ ਲੈਣਾ ਚਾਹੁੰਦੇ ਹੋ ਯੋਗਾ ਰਿਲੇਟਡ ਜਾਂ ਤੁਸੀਂ ਮੋਟੀਵੇਸ਼ਨਲ ਕੋਈ ਗੱਲ ਸੁਣਨਾ ਚਾਹੁੰਦੇ ਹੋ ਕਿ ਇਹ ਕੁੜੀ ਕਹਿੰਦੀ ਹੈ ਕਿ ਆਪਾਂ ਨੂੰ ਸਪੋਰਟਸ ਦੇ ਵਿੱਚ ਆਪਣਾ ਐਕਟੀਵਿਟੀਜ਼ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਰੱਖਣਾ ਚਾਹੀਦਾ ਉਹ ਗੱਲਬਾਤ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਲੋਕਾਂ ਨੂੰ ਕੀ ਮੈਸੇਜ ਦਿਓਗੇ ਯੋਗਾ ਲਈ ਸਰ ਯੋਗਾ ਲਈ ਇਹ ਹੈ ਕਿ ਸਭ ਤੋਂ ਪਹਿਲਾਂ ਤਾਂ ਜੀ ਮੈਂਟਲੀ ਸਟੇਬਲ ਹੋਣਾ ਸਿੱਖੋ ਜੀ ਕਿ ਹਾਈਪਰ ਨਹੀਂ ਜੀ ਹਾਈਪਰ ਇਸ ਕਰਕੇ ਹੁੰਦੇ ਹੈ ਕਿ ਜਦੋਂ ਕਿ ਆਪਾਂ ਸਟੱਡੀ ਤੋਂ ਹਟ ਕੇ ਨਾ ਜੀ ਕੁਛ ਐਕਟੀਵਿਟੀ ਕਰਦੇ ਹਾਂ ਤਾਂ ਉੱਥੇ ਆਪਣਾ ਮਾਇੰਡ ਥੋੜ੍ਹਾ ਜਿਹਾ ਸਹੀ ਹੋ ਜਾਂਦਾ ਹੈ ਸਟੱਡੀ ਕਰੋ ਜੀ ਨੋ ਡਾਊਟ ਪਰ ਸਟੱਡੀ ਦਾ ਨਾ ਤਾਂ ਪੇਰੈਂਟਸ ਸਟ੍ਰੈਸ ਪਾਉਣ ਬੱਚਿਆਂ ਤੇ ਕਿ ਹਾਂ ਤੂੰ ਨੰਬਰ ਹੀ ਲੈ ਕੇ ਆਉਣੇ ਨੇ ਜੀ ਨੰਬਰ ਕਿਸ ਲਈ ਹੈ ਕਿਸ ਲਈ ਨੰਬਰ ਸਰ ਇਹ ਹੈ ਕਿ ਇੱਕ ਕੰਪੀਟੀਸ਼ਨ ਪਾਤਾ ਬੱਚਿਆਂ 'ਚ ਅੱਜ ਕੱਲ੍ਹ ਮਾਂ ਪਿਓ ਨੇ ਕਿ ਉਹ ਫਸਟ ਆਇਆ ਤੂੰ ਕਿਉਂ ਨਹੀਂ ਆਏ ਜੀ ਇਹ ਸੋਚੋ ਫਸਟ ਆਣਗੇ ਫਿਰ ਸੈਕਿੰਡ ਕੌਣ ਆਏਗਾ ਤੇ ਸਰ ਇਹ ਕੌਣ ਆਏਗਾ ਜੀ ਸਰ ਇਹੀ ਮੈਸੇਜ ਹੈ ਕਿ ਬੱਚਿਆਂ ਨੂੰ ਉਹਨਾਂ ਦੇ ਇੰਟਰਸਟ ਦੇ ਅਕੋਰਡਿੰਗ ਸਟੱਡੀ ਜ਼ਰੂਰੀ ਆਈ ਨੋ ਜੀ ਪਰ ਸਟੱਡੀ ਦੇ ਨਾਲ ਉਹਨਾਂ ਦਾ ਇੰਟਰਸਟ ਦੇਖੋ ਡਾਂਸ 'ਚ ਹੈ ਜੀ ਕਿਸੇ ਗੇਮ 'ਚ ਹੈ ਸਿੰਗਿੰਗ 'ਚ ਹੈ ਤਾਂ ਥੋੜ੍ਹਾ ਉਹਦੇ 'ਚ ਹੈਲਪ ਕਰਨ ਬੱਚਿਆਂ ਨੂੰ ਆਪਣਿਆਂ ਨੂੰ ਅਤੇ ਬੱਚੇ ਵੀ ਥੋੜ੍ਹਾ ਜਿੱਦਾਂ ਪੇਰੈਂਟਸ ਸਿਖਾਉਂਦੇ ਨੇ ਨਾ ਜੀ ਜ਼ਰੂਰੀ ਨਹੀਂ ਸਾਰੇ ਪੇਰੈਂਟਸ ਗਲਤ ਹੁੰਦੇ ਨੇ ਉਹ ਵੀ ਸਿੱਖ ਕੇ ਹੀ ਆਏ ਹੁੰਦੇ ਨੇ ਜੀ ਇਸੇ ਲਈ ਆਪਾਂ ਨੂੰ ਕਿਸੇ ਚੀਜ਼ ਤੋਂ ਰੋਕਦੇ ਨੇ
ਜਿਹੜੀਆਂ ਵੀ ਲੇਡੀਜ਼ ਜਾਂ ਪੇਰੈਂਟਸ ਆਪਣੇ ਬੱਚਿਆਂ ਨੂੰ 24 ਘੰਟੇ ਪੜ੍ਹ ਲੈ ਕਰਦੀਆਂ ਰਹਿੰਦੀਆਂ ਨੇ, ਉਹ ਇਸ ਕੁੜੀ ਦੀ ਗੱਲ ਜ਼ਰੂਰ ਮੰਨਣ। ਅਤੇ ਕਿਉਂਕਿ ਆਪਣੇ ਬੱਚਿਆਂ ਦਾ ਫਿਊਚਰ ਇਹੀ ਹੈ ਕਿ ਜੋ ਉਹਨਾਂ ਨੇ ਆਪਣਾ ਟੀਚਾ ਬਣਾਇਆ ਆਪਣੇ ਦਿਮਾਗ ਦੇ ਵਿੱਚ, ਉਹਨਾਂ ਨੂੰ ਉਹੀ ਮਿਲ ਜੇ ਤਾਂ ਉਹ ਸੈਟਿਸਫਾਈ ਰਹਿ ਸਕਦੇ ਨੇ। ਅਗਰ ਕਿਸੇ ਬੱਚੇ ਨੂੰ ਆਪਾਂ ਨੇ ਡਾਕਟਰ ਬਣਾਤਾ, ਜੱਜ ਬਣਾਤਾ, ਲੇਕਿਨ ਉਹ ਚਾਹੁੰਦਾ ਨਹੀਂ ਸੀ, ਉਹ ਸੈਟਿਸਫਾਈ ਨਹੀਂ ਹੋ ਸਕਦਾ ਲਾਈਫ ਦੇ ਵਿੱਚ ਕਦੇ ਵੀ। ਠੀਕ ਹੈ ਜੀ, ਹਾਂਜੀ ਸਰ, ਅਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇੰਨੀਆਂ ਪਿਆਰੀਆਂ ਗੱਲਾਂ ਕੀਤੀਆਂ। ਅਤੇ ਇਸੀ ਮਨ ਦੇ ਵਿੱਚ ਇਹ ਆਸ ਲੈ ਕੇ ਕਿ ਤੁਸੀਂ ਫਿਰ ਸਾਡੇ ਨਾਲ ਗੱਲਬਾਤ ਕਰੋਗੇ। ਸਤਿ ਸ਼੍ਰੀ ਅਕਾਲ ਜੀ।